मोदी सरकार वालों खेतीबाड़ी सुधार ऑर्डिनेंस बिल जारी किया गया है, तुसी की कहना चाहोगे? यह जी पंजाब दे विच जिहड़ा लोकां दा रोह बनिया होया ये तुसी देख ही रहे हो, जिहड़ा करोना की आड़ लेके सरकार ने बच्चों की पढ़ाई खत्म करती, जिहड़ा कुछ आउंदा सी बच्चों दो अक्षर वह भी भुल गए, तो जिहड़ा खेती दे ऑर्डिनेंस बिल इन्होंने लियांदे ने यह पंजाब दे विच तां बिल्कुल ही नहीं लागू होणगे। मेरा ख्याल तो यह कहिंदा वी जिहड़े जिहड़े सूबियां दे विच इन्हां ने आह बिल लागू करन दी कोशिश कीती है यह किते भी नहीं लागू होणगे। सारे सूबियां दे विच किसानां ने मजदूरों ने मिल के धरने दिते हुए ने, रेलां रोकियां हुई ने, पंजाब दे विच जिहड़े लोग ने वो बहुत रोह दे विच आए हुए ने, इस बिल नूं बिल्कुल ही लागू नहीं होण देणगे। जिहड़े सरकार यह काले कानून लैके आई है, किसान मारू नीतियां लैके आई है, इहदे वास्ते साडे जिहड़े जथेबंदियां दे 31 जथेबंदियां दा एका होया है, वह जथेबंदियां दी मीटिंग चल रही है भी अगे असीं की कदम पुटना है। इस काले कानूनां नूं पंजाब दे विच तां बिल्कुल नहीं लागू होण देणा, जिहड़े दूजे सूबियां ते लागू कर रही है सरकार उन्हां दा भी असीं साथ देवांगे, ते जिहड़े इह काले कानून ने इहदे बारे असीं इही कहना चाहुंदे आ भी सरकार ने बिना किसी की राय लए तो, बिना किसी कोई वड्डी बीमारी जां कोई लड़ाई तो बिना यह कानून लागू नहीं होंदे। यह बहुत जदों कोई देश नूं वड्डा घाटा पै जाए तां इहो जिहे कानून लियांदे जांदे ने, कोई घाटा नहीं पिया सरकार नूं किसी किस्म का। यह मोदी सरकार दीआं जिहड़ियां नीतियां ने इन्हां नूं असीं बिल्कुल ही बर्दाश्त नहीं करांगे पंजाब दे विच, ते सारयां दा धन्नवाद। ਜੇਕਰ ਆਉਣ ਵਾਲੇ ਦਿਨਾਂ 'ਚ ਬਿੱਲ ਦੇ ਵਿੱਚ ਕੋਈ ਪਰਿਵਰਤਨ ਨਹੀਂ ਕਰਦੀ ਕੇਂਦਰ ਸਰਕਾਰ ਤਾਂ ਧਰਨੇ ਪ੍ਰਦਰਸ਼ਨ ਦੀ ਆਖਰੀ ਰੂਪਰੇਖਾ ਕੀ ਹੋ? ਹਾਂਜੀ, ਅਸੀਂ ਇਹ ਜਿਹੜੀਆਂ 31 ਜਥੇਬੰਦੀਆਂ ਦਾ ਏਕਾ ਕੀਤਾ ਪੰਜਾਬ ਦੇ ਵਿੱਚ ਉਹਨਾਂ ਦੀ ਇਹ ਮੀਟਿੰਗ ਚੱਲ ਰਹੀ ਹੈ ਵੀ ਜੇ ਸਰਕਾਰ ਕੋਈ ਟੱਚ ਤੋਂ ਮਸ ਨਾ ਹੋਈ ਤਾਂ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਹ ਤਾਂ ਕੁਝ ਵੀ ਨਹੀਂ ਬਹੁਤ ਵੱਡੇ ਕਦਮ ਚੁੱਕਣ ਜਾ ਰਹੇ ਹਾਂ, ਸਖਤ ਕਦਮ ਚੁੱਕਣ ਜਾ ਰਹੇ ਹਾਂ, ਇਸ ਗੱਲ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਊਗਾ ਜੀ। ਮੇਰਾ ਪਿੰਡ ਬਿਲਕੁਲ ਮਾਨਸਾ ਦੇ ਨੇੜੇ ਸੱਦਾ ਸਿੰਘ ਵਾਲਾ ਜੀ, ਮੇਰਾ ਨਾਮ ਮਨਜੀਤ ਸਿੰਘ ਹੈ, ਮੈਂ ਪਿੰਡ ਦੀ ਸੰਗਤ ਦੇ ਨਾਲ ਪਿੰਡ ਕੋਟਰੀ ਕਲਾਂ ਦੇ ਸੰਘਰਸ਼ ਦੇ ਵਿੱਚ ਜੋ ਚੱਲ ਰਿਹਾ ਲੰਬੇ ਸਮੇਂ ਤੋਂ ਕਿਸਾਨਾਂ ਦਾ ਉਸ ਦੇ ਵਿੱਚ ਕੇਂਦਰ ਸਰਕਾਰ ਖੇਤੀਬਾੜੀ ਸੁਧਾਰ ਬਿੱਲ ਲੈ ਕੇ ਕੀ ਕਹਿਣਾ ਚਾਹੋਗੇ? ਜੋ ਕੇਂਦਰ ਸਰਕਾਰ ਬਿੱਲ ਲੈ ਕੇ ਆਈ ਹੈ ਇਹ ਸਰਾਸਰ ਗਲਤ ਹੈ ਜੀ, ਕਿਉਂਕਿ ਲੋਕਾਂ ਨੂੰ ਨਾ ਹੀ ਇਹ ਬਿੱਲ ਦੀ ਲੋੜ ਸੀ ਔਰ ਨਾ ਹੀ ਲੋਕ ਇਹ ਬਿੱਲ ਨੂੰ ਚਾਹੁੰਦੇ ਹਨ। ਸੋ ਇਸੇ ਕਰਕੇ ਅਸੀਂ ਸਾਰੇ ਕਿਸਾਨ ਜਿੰਨੀਆਂ ਵੀ ਜਥੇਬੰਦੀਆਂ ਨੇ ਸਾਰਾ ਇਹਦਾ ਵਿਰੋਧ ਕਰਦੀਆਂ ਨੇ ਅਤੇ ਸੰਘਰਸ਼ ਕਰਦੀਆਂ ਨੇ, ਕਿਸਾਨੋਂ ਇਸ ਬਿੱਲ ਦੀ ਕੋਈ ਵੀ ਜ਼ਰੂਰਤ ਨਹੀਂ ਹੈ, ਇਹ ਸਾਡੇ 'ਤੇ ਥੋਪਿਆ ਗਿਆ ਹੈ। ਹਾਂਜੀ, ਜਿਹੜਾ ਖੇਤੀ ਸੁਧਾਰ ਬਿੱਲਾਂ ਦੇ ਖਿਲਾਫ ਤੁਸੀਂ ਪ੍ਰਦਰਸ਼ਨ ਕਰ ਰਹੇ ਹੋ ਇਹ ਕਦੋਂ ਤੋਂ ਸ਼ੁਰੂ ਕੀਤਾ ਹੈ ਅਤੇ ਅਗਲੀ ਤੁਹਾਡੀ ਕੀ ਰੂਪਰੇਖਾ ਹੈ ਇਹਨੂੰ ਲੈ ਕੇ ਜਾਣਕਾਰੀ ਦਿਓ? ਜੀ 1 ਤਰੀਕ ਤੋਂ ਸ਼ੁਰੂ ਕੀਤਾ ਹੈ, ਇਹਦਾ ਸਮਾਂ ਕੋਈ ਨਹੀਂ, ਅਣਮਿੱਥੇ ਸਮੇਂ ਲਈ ਰੱਖਿਆ ਹੋਇਆ ਹੈ, ਪਰ ਅਸੀਂ ਮੋਦੀ ਸਰਕਾਰ ਨੂੰ ਇਹ ਫਿੱਟੇ ਮੂੰਹ ਦਿੰਦੇ ਹਾਂ ਵੀ ਤੂੰ 80% ਲੋਕਾਂ ਦਾ ਭਾਰਤ ਦਿਆਂ ਦਾ ਅੱਜ ਕਤਲ ਕਰ ਰਹੇ ਹੋ, ਤੁਸੀਂ 20% ਲੋਕ ਹੋ ਜਿਹੜੇ ਇਹੋ ਜਿਹੀਆਂ ਮਨਮਾਈਆਂ ਕਰਦੇ ਹੋ, 80% ਲੋਕ ਉਹ ਨੇ ਜਿਹੜੇ ਆਪਦੀ ਮਜ਼ਦੂਰੀ ਕਰਕੇ, ਜਾਂ ਕਿਸਾਨ ਹੋਵੇ ਵੀ ਮਜ਼ਦੂਰੀ ਹੈ, ਜਾਂ ਕੋਈ ਮਜ਼ਦੂਰ ਹੋਵੇ ਮਜ਼ਦੂਰੀ ਕਰਨ ਵਾਲਾ ਉਹ ਵੀ ਮਜ਼ਦੂਰੀ ਹੈ, ਜਾਂ ਕੋਈ ਜਿਵੇਂ ਮੰਡੀਆਂ ਦੇ ਵਿੱਚ ਮਜ਼ਦੂਰ ਬੋਰੀਆਂ ਭਰਦੇ ਨੇ ਛਾਣਦੇ ਨੇ, ਜਾਂ ਟਰੱਕ ਆਪਰੇਟਰ ਨੇ, ਸਾਰਾ ਜਿੰਨਾ ਇਹ ਢਾਂਚਾ ਕਿਸਾਨ ਦੇ ਸਿਰ 'ਤੇ ਚੱਲਦਾ ਹੈ। ਜੇ ਕਿਸਾਨ ਫੇਲ ਹੋ ਗਿਆ ਤਾਂ ਸਾਰਾ ਭਾਰਤ ਫੇਲ ਹੋ ਜੂਗਾ, ਅਤੇ ਅਸੀਂ ਮੋਦੀ ਸਰਕਾਰ ਦਾ ਡਟ ਕੇ ਵਿਰੋਧ ਕਰਾਂਗੇ, ਅਸੀਂ ਪੰਜਾਬ ਦੇ ਵਿੱਚ ਮੋਦੀ ਨੂੰ ਉਂਗਲ ਕੀ ਕਰਨ ਦੇਵਾਂਗੇ, ਅਸੀਂ ਮਰੇ ਮਰੇ ਬਿਨਾਂ ਨਹੀਂ ਜ਼ਮੀਨਾਂ ਦਾ ਮਤਲਬ ਕਬਜ਼ਾ ਲੈਣ ਦਿੰਦੇ ਕਿਸੇ ਨੂੰ, ਕਿਉਂ ਅਸੀਂ ਵੀ ਪੰਜਾਬੀ ਨੌ ਮਤਲਬ ਸਿੰਘ ਕਹਾਉਂਦੇ ਹਾਂ, ਇਹਨੇ ਸ਼ੇਰ ਦੇ ਜੁਹਾੜਿਆਂ ਨੂੰ ਹੱਥ ਪਾ ਲਿਆ ਪਰ ਹੁਣ ਇਹ ਮਲਿਆ ਜਾਊਗਾ, 22 ਵਾਲੀਆਂ ਚੋਣਾਂ ਦੀ ਆਸ ਨਾ ਰੱਖੇ, ਇਹ ਮਲਿਆ ਜਾਊਗਾ। ਜਿਹੜਾ ਸਾਡਾ ਇਹ ਸੰਘਰਸ਼ ਹੈ ਇਹ ਐਂ ਨਹੀਂ ਪਤਾ ਵੀ ਮਹੀਨਾ ਵੀ ਚੱਲੀ ਜਾਵੇ, ਉਹ ਜਿਹੜੀ ਸਾਡੀ 31 ਜਥੇਬੰਦੀਆਂ ਦੇ ਸੰਗਠਨ ਬਣਿਆ ਹੋਇਆ ਉਹਦੇ ਵੱਲੋਂ ਜੋ ਵੀ ਕਾਲ ਆਊ ਸਾਨੂੰ ਅਸੀਂ ਉਹਦਾ ਡਟ ਕੇ ਸਾਹਮਣਾ ਕਰਾਂਗੇ, ਜੋ ਸਰਕਾਰ ਸਾਡੇ 'ਤੇ ਥੋਪਦੀ ਹੈ ਜਿਹੜੇ ਮਾੜੇ ਕਾਨੂੰਨ ਲਿਆ ਕੇ ਦਿਨੋਂ ਦਿਨ ਮਾਰੇ ਜਾਂਦੇ ਨੇ ਵੀ ਅਸੀਂ ਮੰਡੀ ਐਂ ਕਰਤੀ, MSP ਤਾਂ ਸਾਰੇ ਕਾਸੇ 'ਤੇ ਹੀ ਹੈ, ਹੁਣ ਵੀ ਹੈਗੀ ਹੈ, ਨਰਮੇ 'ਤੇ ਵੀ ਹੈ, ਕਪਾਹ 'ਤੇ ਵੀ ਹੈ, ਮੱਕੀ ਦਾ ਦੇਖ ਲਓ ਕੀ ਹਾਲ ਹੈ, ਸਾਨੂੰ ਯਕੀਨ ਕਿਵੇਂ ਆਵੇ। ਇਹ ਜਦੋਂ 2022 ਦੇ ਵਿੱਚ ਪਹਿਲੀ ਵਾਰ ਗੱਦੀ 'ਤੇ ਬੈਠਾ ਹੈ, ਸਾਨੂੰ ਕਹਿੰਦਾ ਸੀ ਮੈਂ ਕਿਸਾਨੀ ਦਾ ਸਾਰਾ ਕਰਜ਼ਾ ਮਾਫ ਕਰੂੰਗਾ, ਸਾਰਾ ਮੈਂ ਕਿਸਾਨੀ ਦਾ ਜਿਹੜਾ ਕਾਲਾ ਪੈਸਾ ਇੱਕ ਇੱਕ ਜੀ ਦੇ ਲਿਆ ਕੇ ਕਾਲਾ ਪੈਸਾ ਲੋਕਾਂ ਦਾ ਜਿਹੜਾ ਬਾਹਰਲੇ ਮੁਲਕਾਂ ਦੇ ਵਿੱਚ ਕਾਲਾ ਧਨ ਕਹਿੰਦੇ ਹਾਂ ਜਿਹੜੇ ਨੂੰ ਆਪਾਂ, ਵੀ ਉਹ 15-15 ਲੱਖ ਰੁਪਈਆ 1 ਜੀ ਦੇ ਖਾਤੇ 'ਚ ਪਾ ਦੂੰਗਾ,
पर सारे खोखले वादे सी ना इन्हें स्वामीनाथन की रिपोर्ट लागू करी है। असी पिछले साल 2 साल हो गए मेरे इन्ना मैं पढ़ा ही याद नहीं, 1 महीना असी चीमा मंडी के बैठे उतों इन्हों की पुलिस का असी संघर्ष न तोड़ के फिर असी दिल्ली के राम राम लीला ग्राउंड के बैठे उत्ते धरना लग्या हुआ सी उस असी भी शामिल होए अन्ने हजारे वर्गे उत्ते इन्हों का खेती मंत्री होर 2 MLA बिच आए साढ़े बिच आके उन्हें सानू लिखती रूप से विश्वास दवाया उदे उत्ते साडे कोल 3 सफ़ों की रिपोर्ट है उहदी भी मैं हुणे हुणे ही कर दूंगा 1-2 महीने च। अपने आगू ने सवाल भी करया भी मूहरे चोणां आउण लगे चोणां तो मैं पहलां कर दूंगा सानू लारे लप्पे च लमकाई रख्या सानू हुण इहदे ते कोई विश्वास नहीं चाहे कुछ भी करी जाए। साडे जिहड़े भारत देश दे मजदूरी करन वाले समझ लो किसान भी विच मजदूर कोई भी वर्ग है सानू इहनां ते कोई विश्वास नहीं जिहड़े सियासी लोग ने इह तां मतलब देश नूं बेच चुके ने। ਅਸੀਂ ਨੌਜਵਾਨਾਂ ਨੂੰ ਇਹੀ ਅਪੀਲ ਕਰਨਾ ਚਾਹਾਂਗੇ ਦੇਖੋ ਅਸੀਂ ਤਾਂ ਮਰਖਾਈ ਖੜੇ ਹਾਂ ਪਰ ਇਹ ਜਿਹੜਾ ਭਵਿੱਖ ਹੈ ਆਉਣ ਵਾਲਾ ਨੌਜਵਾਨਾਂ ਦਾ ਹੋਊਗਾ ਇਹ ਨੌਜਵਾਨਾਂ ਨੂੰ ਵੀ ਸੋਚ ਲੈਣਾ ਚਾਹੀਦਾ ਵੀ ਸਾਡਾ ਅੱਜ ਤਾਂ ਹੀ ਜਿੰਨੀਆਂ ਵੀ ਸਾਡੇ ਇੱਥੇ ਚਾਹੇ ਸਟੇਟ ਦੇ ਵਿੱਚ ਨੇ ਚਾਹੇ ਸੈਂਟਰ ਦੇ ਵਿੱਚ ਨੇ ਸਿਆਸੀ ਪਾਰਟੀਆਂ ਨੇ ਸਾਡਾ ਘਾਣ ਹੀ ਕਰਿਆ ਨੌਜਵਾਨਾਂ ਦਾ ਘਾਣ ਵੀ ਕਰਿਆ ਅਸੀਂ ਜੇ ਕੁਛ ਸੰਘਰਸ਼ ਲੜਦੇ ਹਾਂ ਤਾਂ ਸਾਨੂੰ ਅੱਤਵਾਦੀ ਵੱਖਵਾਦੀ ਕਹਿ ਕੇ ਪੰਜਾਬੀਆਂ ਨੂੰ ਮਤਲਬ ਮਾਰਿਆ ਵਗੈਰਾ ਜਾਂਦਾ ਇਹੋ ਜਿਹਾ ਕੁਝ ਜਲੀਲ ਕੀਤਾ ਜਾਂਦਾ ਪਰ ਅਸੀਂ ਵੀ ਨੌਜਵਾਨਾਂ ਨੂੰ ਕਹਿੰਦੇ ਹਾਂ ਵੀ ਅਸੀਂ ਤਾਂ ਹੁਣ ਬਜ਼ੁਰਗ ਹੋਏ ਬਹੁਤ ਲੰਮਾ ਸਮਾਂ ਹੋ ਗਿਆ ਪਰ ਇਹ ਕਮਾਂਡ ਤੁਹਾਨੂੰ ਸਾਹਮਣੀ ਪਊਗੀ ਵੀਰੋ ਜੇ ਸਾਹਮਣੋਗੇ ਤਾਂ ਠੀਕ ਰਹੋਗੇ ਨਹੀਂ BA ਪੜ੍ਹੇ ਦੇਖੋ ਧੱਕੇ ਖਾਂਦੇ ਫਿਰਦੇ ਨੇ ਕਿਸੇ ਨੂੰ ਨੌਕਰੀ ਨਹੀਂ ਇਹਨਾਂ ਨੇ ਸਾਡੇ ਨੌਜਵਾਨੀ ਨੂੰ ਖਤਮ ਕਰਤਾ ਸਮਾਂ ਇਹਨਾਂ ਜਿਹੜੇ ਅੱਜ ਵੱਡੇ ਵੱਡੇ ਕਰਦੇ ਨੇ ਧਰਨੇ ਮੁਜ਼ਾਹਰੇ ਸਭ ਇਹਨਾਂ ਦੇ ਖੋਖਲੇ ਮੁਜ਼ਾਹਰੇ ਨਾ ਕਿਸਾਨਾਂ ਪ੍ਰਤੀ ਜਾਂ ਦੇਸ਼ ਪ੍ਰਤੀ ਨਹੀਂ ਆਪਦੀ ਕੁਰਸੀ ਪ੍ਰਤੀ ਨੇਗੇ। ਅਸੀਂ ਜਵਾਨਾਂ ਨੂੰ ਇਹ ਸੰਦੇਸ਼ ਦੇਵਾਂਗੇ ਵੀ ਆਓ ਛੱਡੋ ਇਹਨਾਂ ਦਾ ਖਹਿੜਾ ਇਹਨਾਂ ਕੋਲ ਕੱਖ ਨਹੀਂ 73 ਸਾਲ ਹੋ ਗਏ ਸਾਡੇ ਮੁਲਕ ਜਾਦੇ ਹੋਏ ਨੂੰ ਸਾਡਾ ਬਣਾਇਆ ਕੀ ਹੈ ਸਾਡੇ ਨੂੰ ਇਸ ਮੋੜ 'ਤੇ ਲਿਆ ਕੇ ਖੜਾ ਤਾ ਜਿਹੜੇ ਤਾਂ ਅੱਜ ਤੁਹਾਡੇ ਸਾਹਮਣੇ ਅਸੀਂ ਖੜੇ ਹਾਂ ਕੀ ਕੁਛ ਹੋ ਰਿਹਾ ਦੇਸ਼ ਦੇ ਵਿੱਚ। ਅਸੀਂ ਬੇਨਤੀ ਕਰਦੇ ਹਾਂ ਨੌਜਵਾਨਾਂ ਨੂੰ ਮੇਰੇ ਬੱਚੇ ਨੇ ਮੇਰੇ ਭਰਾ ਵੀ ਨੇ ਮੇਰੇ ਬਜ਼ੁਰਗ ਵੀ ਨੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਨੌਜਵਾਨ ਪੀੜ੍ਹੀ ਨੂੰ ਵੀ ਇਹਨਾਂ ਸੰਘਰਸ਼ਾਂ ਦੇ ਵਿੱਚ ਆਓ ਜੇ ਆਪਾਂ ਆਪਦੇ ਪਰਿਵਾਰ ਦਾ ਗਾਹਾਂ ਨੂੰ ਆਉਣ ਵਾਲਾ ਭਵਿੱਖ ਸਮਾਰਨਾ ਜਾਂ ਭਲਾ ਕਰਾਉਣਾ ਬਸ ਇੰਨਾ ਕੁ ਧੰਨਵਾਦ।